ਡੋਲੀ ਵਾਲੀ ਕਾਰ 'ਚ ਵੱਡੀ ਵਾਰਦਾਤ। ਬਰਾਤੀਆਂ ਨੇ ਡਰਾਈਵਰ ਦੇ ਮੂੰਹ 'ਤੇ ਚਲਾਈਆਂ ਗੋਲੀਆਂ। ਨਵੀਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਮੋਗਾ ਦੇ ਵਿੱਚ ਬਰਾਤ ਵਾਲੀ ਕਾਰ ਦੇ ਅੰਦਰ ਗੋਲੀਆਂ ਚੱਲ ਪਈਆਂ। ਬਰਾਤੀਆਂ ਦੇ ਵੱਲੋਂ ਗੱਡੀ ਦੇ ਡਰਾਈਵਰ ਦੇ ਮੂੰਹ 'ਤੇ 2 ਫਾਇਰ ਕੱਢੇ ਗਏ, ਜਿਸ ਤੋਂ ਬਾਅਦ ਡਰਾਈਵਰ ਜ਼ਖਮੀ ਹੋ ਗਿਆ। ਉਸਦੀ ਹਾਲਤ ਗੰਭੀਰ ਹੋ ਗਈ, ਜਿਸ ਤੋਂ ਬਾਅਦ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸ ਦਈਏ ਕਿ ਬਰਾਤੀਆਂ ਦੇ ਵੱਲੋਂ ਵਿਆਹ ਲਈ ਇਹ ਚਿੱਟੇ ਰੰਗ ਦੀ ਗੱਡੀ, ਜੋ ਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਦਿਖ ਰਹੀ ਹੈ, ਇਹ ਬੁੱਕ ਕਰਾਈ ਗਈ ਸੀ। ਤਾਂ ਇਸਦਾ ਡਰਾਈਵਰ, ਜਿਸਦਾ ਨਾਮ ਨਵਦੀਪ ਦੱਸਿਆ ਜਾ ਰਿਹਾ ਹੈ, ਨਵਦੀਪ ਆਪਣੀ ਗੱਡੀ ਲੈ ਕੇ ਫੁੱਲਾਂ ਵਾਲੀ ਦੁਕਾਨ 'ਤੇ ਪਹੁੰਚਦਾ ਹੈ, ਆਪਣੀ ਗੱਡੀ ਨੂੰ ਫੁੱਲਾਂ ਦੇ ਨਾਲ ਸਜਵਾਉਂਦਾ ਹੈ ਅਤੇ ਬਰਾਤੀਆਂ ਨੂੰ ਬਿਠਾ ਕੇ ਲੈ ਜਾਂਦਾ ਹੈ। ਹੁਣ ਗੱਡੀ ਦੇ ਅੰਦਰ ਇਹੋ ਜਿਹੀ ਕਿਹੜੀ ਗੱਲ ਹੋਈ ਕਿ ਬਰਾਤੀਆਂ ਨੇ ਡਰਾਈਵਰ 'ਤੇ ਗੋਲੀ ਚਲਾ ਦਿੱਤੀ? ਡਰਾਈਵਰ ਨਵਦੀਪ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਗਿਆ। ਦੱਸ ਦਈਏ ਕਿ ਗੱਡੀ ਨੂੰ ਸਿਰਫ 2 ਦਿਨ ਪਹਿਲਾਂ ਬੁਕਿੰਗ ਕਰਾਈ ਗਈ ਸੀ ਅੱਜ ਦੇ ਲਈ, ਅਤੇ ਅੱਜ ਬਰਾਤ ਜਾਣੀ ਸੀ ਇਹ ਗੱਡੀ। ਦੇਖ ਹੀ ਸਕਦੇ ਹੋ ਫੁੱਲਾਂ ਦੇ ਨਾਲ ਸਜੀ ਹੋਈ ਹੈ, ਅਤੇ ਪਤਾ ਨਹੀਂ ਇਹੋ ਜਿਹੀ ਕਿਹੜੀ ਗੱਲ ਹੋਈ ਕਿ ਗੱਡੀ ਦੇ ਅੰਦਰ ਬੈਠੇ ਬਰਾਤੀਆਂ ਦੇ ਵੱਲੋਂ ਡਰਾਈਵਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਡਰਾਈਵਰ ਦੇ ਕੰਨ 'ਤੇ ਗੋਲੀ ਵੱਜੀ ਹੈ ਅਤੇ ਇੱਕ ਹੋਰ ਥਾਂ 'ਤੇ ਵੱਜੀ ਹੈ, ਜਿਸ ਤੋਂ ਬਾਅਦ ਉਸਨੂੰ ਮੋਗਾ ਤੋਂ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਹ ਤਾਂ ਵੱਡੀ ਖਬਰ ਹੈ। ਮੋਗਾ ਦੇ ਵਿੱਚ ਡੋਲੀ ਵਾਲੀ ਕਾਰ ਦੇ ਅੰਦਰ ਗੋਲੀਆਂ ਚੱਲ ਪਈਆਂ, ਅਤੇ ਗੋਲੀਆਂ ਬਰਾਤੀਆਂ ਦੇ ਵੱਲੋਂ ਚਲਾਈਆਂ ਗਈਆਂ, ਉਹ ਵੀ ਬੁਕਿੰਗ ਕੈਬ ਵਾਲੇ ਡਰਾਈਵਰ 'ਤੇ। ਆਓ ਜਾਣਦੇ ਹਾਂ ਮੌਕੇ 'ਤੇ ਫੁੱਲ ਵਾਲੇ ਦਾ ਕੀ ਕਹਿਣਾ ਹੈ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਕੀ ਬਿਆਨ ਨੇ। ਸਾਡੇ ਇਕੱਠ ਆਈ ਸੀਗੀ ਬਾਈ ਕਾਰ, ਡਰਾਈਵਰ ਹੀ ਆਇਆ ਸੀਗਾ ਜੀ ਇਕੱਲਾ ਗੱਡੀ ਲੈ ਕੇ ਤਾਈ ਪਹਿਲਾਂ ਤਾਈ, ਅਤੇ ਉਹ ਤੋਂ ਬਾਅਦ 9:15 ਕੋਈ ਆਏ 2 ਮੁੰਡੇ ਬਾਅਦ ਵਿੱਚ, ਉਹ ਗੱਲਬਾਤ ਕਰਕੇ ਅਤੇ ਗੱਡੀ 'ਚ ਬਹਿ ਗਏ ਜੀ ਬਾਅਦ 'ਚ, ਉਹਦੇ ਨਾਲ ਡਰਾਈਵਰ ਦੇ ਵਿੱਚ ਜੀ, ਅਤੇ ਮੁੜ ਕੇ ਉਹ ਚਲੇ ਗਏ ਜੀ। ਉਹਨਾਂ ਕੋਲ ਕੁਛ ਸੀਗਾ ਵੀ? ਨਹੀਂ ਕੋਈ ਵੇਖਿਆ ਨਹੀਂ, ਮੈਂ ਜ਼ਿਆਦਾ ਧਿਆਨ ਨਹੀਂ ਦਿੱਤਾ ਸਰ, ਉਹ ਵੈਸੇ ਤਾਂ ਕੁਛ ਹੈ ਨਹੀਂ ਸੀਗਾ ਸਮਾਨ ਸਮੂਨ ਉਹਨਾਂ ਕੋਲ ਜੀ। ਤੁਹਾਡੇ ਕੋਲ ਗੱਡੀ ਪਹਿਲਾਂ ਬੁੱਕ ਕਰਾਈ ਸੀ? ਹਾਂਜੀ ਪਹਿਲਾਂ ਬੁੱਕ ਕਰਾਈ ਸੀਗੀ ਗੱਡੀ ਆਪਣੇ ਕੋਲ। ਕਿੰਨੇ ਦਿਨ ਪਹਿਲਾਂ? ਕੱਲ੍ਹ ਹੀ ਹੋਈ ਸੀਗੀ ਸਰ ਬੁੱਕ। ਕੀ ਕਿਹਾ ਗਿਆ ਸੀ ਤੁਹਾਨੂੰ? ਉਹ ਕਹਿੰਦੇ ਕਿ ਗੱਡੀ ਲਾਉਣੀ ਬਾਈ ਜਾਂਦਾ, ਮੈਂ ਕਿਹਾ ਚੱਲ ਕੋਈ ਨਾ ਲੈ ਆਇਓ ਗੱਡੀ ਆਪਾਂ ਸਜਾ ਦਾਂਗੇ। ਹਾਂਜੀ ਬਰਾਤ 'ਤੇ ਜਾਣੀ ਸੀਗੀ? ਹਾਂਜੀ ਡੋਲੀ ਵਾਲੀ ਕਾਰ ਸੀਗੀ ਜੀ ਵਿਆਹ ਵਾਲੀ, ਹਾਂਜੀ ਬਰਾਤ ਲਈ ਜਾਣੀ ਸੀਗੀ ਡਰਾਈਵਰ। ਜਿਹੜੇ ਬੰਦੇ 2 ਆਏ ਸੀ ਨਾਲ ਬੈਠੇ ਸੀਗੇ, ਉਹ ਕਿਤੇ ਤਿਆਰ ਹੋ ਕੇ ਆਏ ਸੀਗੇ ਜਾਂ ਕਿਸ ਤਰ੍ਹਾਂ ਸੀਗੇ? ਨਹੀਂ ਉਹ ਤਿਆਰ ਨਹੀਂ ਹੋਏ ਸੀਗੇ ਜੀ, ਉੱਦਾਂ ਹੀ ਸੀਗੇ ਜੀ ਉਹ, ਹਾਂਜੀ ਕੱਪੜਿਆਂ 'ਚ ਹੀ ਆਏ ਸੀਗੇ, ਪੁਰਾਣੇ ਪਾਏ ਸੀਗੇ ਕੱਪੜੇ ਜੀ ਉਹਨਾਂ। ਗੱਲਬਾਤ ਕੀ ਕਰਦੇ ਸੀਗੇ? ਗੱਲਬਾਤ ਇੰਨਾ ਮੈਂ ਧਿਆਨ ਦਿੱਤਾ ਨਹੀਂ ਜੀ, ਮੈਂ ਅੰਦਰ ਜਾ ਕੇ ਬਹਿ ਗਿਆ ਕੁਰਸੀ 'ਤੇ ਆਪਦਾ, ਅਤੇ ਉਹ ਗੱਲਬਾਤ ਕਰਕੇ ਅਤੇ ਗੱਡੀ 'ਚ ਬਹਿ ਕੇ ਨਾਲ ਚਲੇ ਗਏ ਜੀ। ਜਦੋਂ ਉਹ ਦੋਨੇ ਜਣੇ ਆਏ ਉਦੋਂ ਗੱਡੀ ਇੱਥੇ ਤਿਆਰ ਹੋ ਰਹੀ ਸੀ ਜਾਂ ਤਿਆਰ ਹੋ ਚੁੱਕੀ ਸੀ ਉਹਦਾ ਇੰਤਜ਼ਾਰ ਕਰਦੇ? ਉਹ ਤਿਆਰ ਉਦੋਂ ਮੈਂ ਸਿਆ 'ਤੇ ਸੀਗੀ ਕਾਰ ਜੀ, ਉਹ ਤੋਂ ਬਾਅਦ ਡਰਾਈਵਰ ਨੇ ਫੋਨ ਲਾ ਕੇ ਬਾਈ ਨੇ ਲਾਇਆ ਸੀਗਾ ਫੋਨ, ਕਿ ਮੁੰਡਿਆਂ ਨੂੰ ਲਾਉਂਦਾ ਸੀਗਾ, ਉਹ ਮੁੰਡੇ ਫਿਰ ਬਾਅਦ 'ਚ ਆ ਗਏ ਸੀਗੇ ਉਹਦੇ ਕੋਲ। ਅੱਛਾ ਉਹਨਾਂ ਨੂੰ ਫੋਨ ਲਾਇਆ ਸੀ? ਫੋਨ ਲਾਇਆ ਸੀਗਾ ਜੀ। ਕਿੰਨੀ ਦੇਰ ਬਾਅਦ ਚਲੇ ਗਏ? ਉਹ ਚਲੇ ਗਏ ਸੀਗੇ 9:15 ਜੀ।